ਸਾਈਕਲ ਦੀ ਟਰੱਕ ਦੇ ਨਾਲ ਭਿਆਨਕ ਟੱਕਰ ਹੋਈ, ਜਿਸ ਤੋਂ ਬਾਅਦ ਟਰੱਕ ਪਲਟ ਗਿਆ। ਟਰੱਕ ਦੇ ਪਰਖੱਚੇ ਉੱਡ ਗਏ। ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਟਰੱਕ ਚਾਲਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਤੇਜ਼ ਰਫ਼ਤਾਰ ਟਰੱਕ ਦੇ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਤਸਵੀਰਾਂ ਕਾਫੀ ਪਰੇਸ਼ਾਨ ਕਰਨ ਵਾਲੀਆਂ ਨੇ ਤੇ ਭਿਆਨਕ ਵੀ ਨੇ, ਜਿਨ੍ਹਾਂ ਨੂੰ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਟਰੱਕ ਵਾਕਿਆ ਹੀ ਕਾਫੀ ਸਪੀਡ ਦੇ ਵਿੱਚ ਸੀ, ਜੋ ਪਹਿਲਾਂ ਮੋਟਰਸਾਈਕਲ ਦੇ ਵਿੱਚ ਟਕਰਾਇਆ ਅਤੇ ਮੋਟਰਸਾਈਕਲ ਵੀ ਇਸ ਟਰੱਕ ਦੇ ਵਿੱਚ ਫਸ ਗਿਆ ਤੇ ਟਰੱਕ ਅਸੰਤੁਲਿਤ ਹੋ ਕੇ ਪਲਟੀਆਂ ਖਾ ਗਿਆ, ਜਿਸ ਕਾਰਨ ਟਰੱਕ ਦੇ ਪਰਖੱਚੇ ਉੱਡ ਗਏ। ਸਥਾਨਕ ਲੋਕਾਂ ਦਾ ਵੀ ਇਹੋ ਕਹਿਣਾ ਹੈ ਕਿ ਰੋਡ ਤੇ ਟਰੱਕਾਂ ਵਾਲੇ ਬਹੁਤ ਤੇਜ਼ ਗੱਡੀਆਂ ਚਲਾਉਂਦੇ ਨੇ, ਜਿਸ ਕਾਰਨ ਅਜਿਹੇ ਹਾਦਸੇ ਵਾਪਰਦੇ ਰਹਿੰਦੇ ਨੇ। ਇਹ ਹਾਦਸਾ ਗੜਸ਼ੰਕਰ ਨੰਗਲ ਰੋਡ ਪਿੰਡ ਸ਼ਾਹਪੁਰ ਨੇੜੇ ਵਾਪਰਿਆ, ਜਦੋਂ ਇਸ ਭਿਆਨਕ ਹਾਦਸੇ ਦੇ ਵਿੱਚ ਇੱਕ ਦੀ ਮੌਤ ਹੋ ਜਾਂਦੀ ਹੈ। ਹਾਲਾਂਕਿ ਰਾਹਗੀਰਾਂ ਵੱਲੋਂ ਫੋਨ ਕਰਕੇ ਐਂਬੂਲੈਂਸ ਨੂੰ ਬੁਲਾਇਆ ਗਿਆ, ਪਰ ਐਂਬੂਲੈਂਸ ਮੌਕੇ ਤੇ ਨਹੀਂ ਪਹੁੰਚੀ ਤੇ ਪ੍ਰਾਈਵੇਟ ਗੱਡੀਆਂ ਦੇ ਰਾਹੀਂ ਹੀ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਗਿਆ। ਉੱਥੇ ਮ੍ਰਿਤਕ ਦੀ ਪਹਿਚਾਣ ਪਰਮਜੀਤ ਸਿੰਘ ਦੇ ਵਜੋਂ ਹੋਈ ਹੈ, ਜਿਸ ਦੀ ਉਮਰ ਮਹਿਜ਼ 35 ਸਾਲ ਦੀ ਸੀ, ਜੋ ਪਿੰਡ ਸ਼ਾਹਪੁਰ ਦਾ ਹੀ ਰਹਿਣ ਵਾਲਾ ਸੀ। ਟਰੱਕ ਦੀ ਓਵਰ ਸਪੀਡ ਦੇ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਪਿੱਛੋਂ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ ਤੇ ਟਰੱਕ ਦੇ ਵਿੱਚ ਇਹ ਮੋਟਰਸਾਈਕਲ ਫਸ ਜਾਂਦਾ ਹੈ ਤੇ ਟਰੱਕ ਵੀ ਅਸੰਤੁਲਿਤ ਹੋ ਕੇ ਕਈ ਪਲਟੀਆਂ ਖਾ ਜਾਂਦਾ, ਜਿਸ ਕਾਰਨ ਟਰੱਕ ਦੇ ਪਰਖੱਚੇ ਉੱਡ ਗਏ ਨੇ। ਉੱਥੇ ਹੀ ਪੁਲਿਸ ਵੱਲੋਂ ਹੁਣ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ। ਜੀ ਇੱਕ ਦਿਨ ਯਾਰ ਇੱਥੇ ਨਾ ਪੁਲਿਸ ਵਾਲਾ ਦਾ ਮੁੰਡਾ ਕਾਲੇ ਵਾਲ ਦਾ ਮੁੰਡਾ ਦਾ ਭਾਜੀ ਹੁਣ ਦਾ ਇੱਦਾਂ ਵੀ ਐਂਬੂਲੈਂਸ ਇਹਨਾਂ ਨੂੰ ਫੋਨ ਕਰੀ ਜਾਵੇ, ਇਹ ਪੁੱਜਦੇ ਨਹੀਂ ਹੈਗੇ, ਠੀਕ ਹੈ। ਦੂਜੀ ਗੱਲ ਨਾ ਕੋਈ ਪੁਲਿਸ ਵਾਲਾ ਪੁੱਜਦਾ, ਹੁਣ ਜੇ ਬਾਈ ਚਾਂਸ ਇੰਨੇ ਬੰਦੇ ਖੜੇ ਆ, ਜੇ ਯਾਰ ਸਾਡੇ ਨਾਲ ਕੋਈ ਕਾਂਡ ਹੋ ਜਾਵੇ, ਠੀਕ ਹੈ, ਤੁਸੀਂ ਸਾਰੇ ਬੰਦੇ ਆ, ਕਿਸੇ ਨਾਲ ਵੀ ਹੋ ਜਾਵੇ ਬਾਈ ਚਾਂਸ, ਯਾਰ ਜੇ ਇੱਦਾਂ ਹੀ ਟਾਈਮ ਨਾਲ ਲੇਟ ਆਉਣਾ ਫਿਰ ਉਹਨਾਂ ਫਾਇਦਾ ਕਿਆ ਯਾਰ। ਭਾਜੀ ਐਂਬੂਲੈਂਸ ਨਾਲ ਘੱਟੋ ਘੱਟ ਜ਼ਿਆਦਾ ਨਹੀਂ ਆ, 2 ਘੰਟੇ 3-2 ਤੇ ਵਧੇ ਹੋ ਗਏ ਹੁਣ, ਅਸੀਂ ਤਾਂ ਹੁਣ ਆਏ ਹਾਂ ਭਾਜੀ ਤੁਹਾਨੂੰ ਦੱਸਾਂ, ਪਰ ਹਾਲੇ ਤੱਕ ਅਸੀਂ ਆਏ ਹਾਂ ਵੀ ਹਾਲੇ ਤੱਕ ਐਂਬੂਲੈਂਸ ਨਹੀਂ ਆਈ ਭਾਜੀ ਯਾਰ। 2 ਘੰਟੇ ਪੁਲਿਸ ਨੂੰ ਕਿੰਨੀ ਦੇਰ ਹੋ ਗਏ ਫੋਨ ਕੀਤੇ? ਪੁਲਿਸ ਨੂੰ ਯਾਰ ਮੇਰੇ ਹਿਸਾਬ ਨਾਲ ਆਹ ਹੁਣ ਪੁੱਜੀ ਭਾਜੀ ਉਹਦੇ ਦੇ ਸਾਹਮਣੇ, ਘੰਟਾ ਹੋ ਗਿਆ, ਕੋਈ ਦੂਆ ਨਹੀਂ ਹੈਗਾ ਭਾਜੀ ਹੁਣ ਯਾਰ, ਠੀਕ ਹੈ, ਕੋਈ ਬ੍ਰੇਕਰ ਨਹੀਂ ਹੈ, ਕੋਈ ਦੂਜਾ ਨਹੀਂ ਹੈ, ਜਦ ਤੱਕ ਬ੍ਰੇਕਰ ਬਣਾਓ ਉੱਥੇ ਤੱਕ, ਠੀਕ ਹੈ, ਗੱਡੀ ਦੀ ਬ੍ਰੇਕ ਵੱਜਦੀ ਆਵੇ, ਕੋਈ ਬ੍ਰੇਕਰ ਨਹੀਂ ਹੈ, ਸਿੱਧੀ ਗੱਡੀ ਇੱਥੇ ਤੱਕ ਆਉਂਦੀ ਹੈ, ਤੁਸੀਂ ਰਾਤ ਨੂੰ ਆ ਕੇ ਦੇਖ ਲਿਓ, ਸਿੱਧੀਆਂ ਬ੍ਰੇਕਾਂ ਨਹੀਂ, ਸਪੀਡ ਗੱਡੀਆਂ ਆਉਂਦੀਆਂ, ਗੱਲੇ ਛੱਡਦੇ। ਮੇਰਾ ਪਿੰਡ ਮਧਵਾਣੀ ਹੈ, ਮਧਵਾਣੀ ਦੇ ਹਿਸਾਬ ਨਾਲ ਇੰਨਾ ਟਿੱਪਰ ਜਾਂਦਾ, ਹਲੇ ਤੱਕ ਯਾਰ ਸੜਕ ਨਹੀਂ ਬਣੀ, ਲੋਕ ਆਪ ਪਰੇਸ਼ਾਨ ਹੈ, ਸੜਕ ਦਾ ਵੀ ਹੈ ਮੇਨ ਗੱਲ, ਇੰਨੇ ਖੱਡੇ ਆ, ਕੱਲ੍ਹ ਯਾਰ ਟਿੱਪਰ ਕੋਈ ਸਾਡੇ ਵਰਗਾ ਜਾਂਦਾ ਹੋਵੇ, ਟਿੱਪਰ ਪਲਟ ਜਾਵੇ, ਫਿਰ ਪਹਿਲਾਂ ਵੀ ਉਹ ਭਰਾ ਦੂਆ ਤਾ ਉਹ ਵੀ ਕਹਿੰਦੇ ਬਾਹਰੋਂ ਆਇਆ ਤਾ। ਇਹੀ ਭਾਜੀ ਬਸ ਧੰਨਵਾਦ ਯਾਰ, ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਟਾਈਮ ਨਾਲ ਐਂਬੂਲੈਂਸ ਪਜਾ ਦਿਆ ਕਰੋ, ਹੋਰ ਤਾਂ ਜਿਹਨੇ ਆਉਣਾ ਹੀ ਆ, ਲੋਕ ਤਾਂ ਇਕੱਠੇ ਹੋਏ ਜਾਂਦੇ ਆ, ਠੀਕ ਹੈ। ਬਾਕੀ ਇਹ ਵੀ ਪ੍ਰਾਈਵੇਟ ਗੱਡੀਆਂ ਦੇ ਵਿੱਚ ਲਾਸ਼ਾਂ ਭੇਜੀਆਂ, ਇਹ ਵੀ ਜ਼ਖਮੀ ਵੀ ਪ੍ਰਾਈਵੇਟ ਗੱਡੀਆਂ ਦੇ ਵਿੱਚ ਭੇਜੇ ਆ। ਅਸੀਂ ਜਿਸਲੇ ਹਾਦਸਾ ਹੋਇਆ ਅਸੀਂ ਤੁਰੰਤ ਹਾਦਸੇ ਵਾਲੀ ਸਥਾਨ ਤੇ ਪੁੱਜੇ, ਜਦੋਂ ਅਸੀਂ ਜ਼ਖਮੀਆਂ ਨੂੰ ਚੱਕਿਆ ਤੇ ਤੁਰੰਤ 112 ਤੇ ਕਾਲ ਕੀਤੀ, ਨਾ 112 ਤੇ ਨਾ ਗੜਸ਼ੰਕਰ ਥਾਣੇ ਵੱਲੋਂ ਕੋਈ ਫੋਨ ਚੱਕਿਆ ਗਿਆ ਤੇ ਨਾ ਹੀ ਹਾਲੇ ਤੱਕ ਤਕਰੀਬਨ ਘੰਟਾ ਡੇਢ ਘੰਟਾ ਹੋ ਗਿਆ ਕੋਈ ਸਰਕਾਰੀ ਮੁਲਾਜ਼ਮ ਇੱਥੇ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚਿਆ। ਇਹ ਸਰਕਾਰ ਦੀ ਬਹੁਤ ਹੀ ਜ਼ਿਆਦਾ ਵੱਡੀ ਨਾਕਾਮੀ ਅਤੇ ਨਲਾਇਕੀ ਹੈ। ਸੋ ਸਰਕਾਰ ਨੂੰ ਇਹੀ ਹੈ ਵੀ ਹਾਂ ਵੀ ਆਪਣੇ ਮੁਲਾਜ਼ਮਾਂ ਨੂੰ ਖਿੱਚ ਕੇ ਅਤੇ ਦਾ ਕੀਤਾ ਜਾਵੇ ਤਾਂ ਕਿ ਪਬਲਿਕ ਦੀ ਰਾਖੀ ਅਤੇ ਜਾਨ ਮਾਲ ਦੀ ਸੁਰੱਖਿਆ ਕੀਤੀ ਜਾ ਸਕੇ। ਐਂਬੂਲੈਂਸ ਨੂੰ ਫੋਨ ਕੀਤਾ ਜੀ ਮੈਂ 2 ਵਾਰੀ ਆਪ।
ਤੇ ਦੋ ਤਿੰਨ ਵਾਰੀ ਹੋਰ ਮੁੰਡਿਆਂ ਨੇ ਕੀਤਾ, ਤਕਰੀਬਨ 4-5 ਵਾਰੀ ਐਂਬੂਲੈਂਸ ਨੂੰ ਫੋਨ ਕਰ ਚੁੱਕੇ ਆ ਜੀ। ਤਕਰੀਬਨ 1 ਘੰਟੇ ਤੋਂ ਉੱਪਰ ਹੋ ਗਿਆ ਜੀ ਐਂਬੂਲੈਂਸ ਨੂੰ ਫੋਨ ਕੀਤਿਆਂ ਨੂੰ। ਜ਼ਖਮੀਆਂ ਨੂੰ ਅਸੀਂ ਪ੍ਰਾਈਵੇਟ ਗੱਡੀਆਂ 'ਚ ਪਾ ਕੇ ਹਸਪਤਾਲ ਪਹੁੰਚਾਇਆ ਜੀ। ਇਹ ਐਕਸੀਡੈਂਟ ਜੀ ਜਿਹੜਾ ਆਪਣੇ ਲੋਡਰ ਸੀਗਾ, ਟਿੱਪਰ ਲੋਡਰ ਮੁਰਿਆ ਕੇ ਟਿੱਪਰ 'ਚ ਲੱਗਾ, ਟਿੱਪਰ ਦਾ ਜਿਹੜੀ ਹੈ ਉਹ ਮੋਟਰਸਾਈਕਲ ਦੇ ਵਿੱਚ ਲੱਗਾ, ਅਤੇ ਜਿਹੜੀ ਹੈ ਕੁਜੈਲਟੀ ਬਹੁਤ ਵੱਡੀ ਹੈ। ਸੋ ਸਰਕਾਰ ਨੂੰ ਮੈਂ ਇਹੀ ਕਹਾਂਗਾ ਵੀ ਤੁਸੀਂ ਜਿਹੜਾ ਇਹਦਾ ਉੱਪਰ ਤੁਰੰਤ ਕਾਰਵਾਈ ਕਰਕੇ ਦੋਸ਼ੀਆਂ ਖਿਲਾਫ਼ ਜਿਹੜੀ ਉਹ ਕਾਰਵਾਈ ਕੀਤੀ ਜਾਵੇ। ਹਾਂਜੀ, ਪਰਮਜੀਤ ਸਿੰਘ ਪੁੱਤਰ ਸਰਜੀਤ ਸਿੰਘ ਜਿਹੜਾ ਹੈ ਉਹ ਬਹੁਤ ਗੰਭੀਰ ਸਥਿਤੀ ਦੇ ਵਿੱਚ ਹੈ, ਹੋ ਸਕਦਾ ਬਸ ਇੱਥੇ ਕਿ ਤੱਕ। ਦੇਖੋ ਜੀ, ਸਾਨੂੰ ਹੁਣੇ ਪਤਾ ਲੱਗਾ ਸੀ ਵੀ ਨੰਗਰ ਰੋਡ 'ਤੇ ਇੱਕ ਟਰੱਕ ਅਤੇ ਮੋਟਰਸਾਈਕਲ ਐਕਸੀਡੈਂਟ ਹੋਇਆ, ਅਤੇ ਅਸੀਂ ਮੌਕੇ ਦੇ ਉੱਤੇ ਆਏ ਹਾਂ। ਅਸੀਂ ਦੇਖ ਰਹੇ ਹਾਂ ਵੀ ਮਤਲਬ ਜਿਹੜਾ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਹੈ, ਜਿਹੜਾ ਟਰੱਕ ਚਾਲਕ ਸੀਗਾ ਉਹ ਵੀ ਸੀਰੀਅਸ ਹੈ। ਅਸੀਂ ਇਹਨਾਂ ਦੇ ਬੈਂਡ ਜਿਹੜੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਬੈਂਡ ਲੈ ਕੇ ਟਰੱਕ ਚਾਲਕ ਦੇ ਖਿਲਾਫ਼ ਮੁਕਦਮਾ ਦਰਜ ਕਰਾਂਗੇ, ਅਤੇ ਜਿਹੜੀ ਟਰੱਕ ਬਹੁਤ ਜਾਮ ਆਪਾਂ ਟਰੈਫਿਕ ਖਿਲਾ ਰਹੇ ਹਾਂ ਸਾਰੀ। ਇਹ ਪਤਾ ਲੱਗਾ ਮੁੰਡਾ ਸ਼ਾਹਪੁਰ ਦਾ ਰਹਿਣ ਵਾਲਾ ਸੀਗਾ। ਹਾਂਜੀ, ਇਹ 304 ਦਾ ਪਰਚਾ ਲਾਂਗੇ ਇੱਥੇ ਐਕਸੀਡੈਂਟ ਦਾ।